ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲਈ ਆ ਇੱਕ ਗਲੇ ਦਾ ਡਿਜ਼ਾਈਨ ਗੋਲ ਗਲੇ ਦਾ ਡਿਜ਼ਾਈਨ ਹੈ ਤੇ ਬਹੁਤ ਹੀ ਖੂਬਸੂਰਤ ਬੰਦਾ ਹੈ ਉਹ ਮੈਂ ਤੁਹਾਡੇ ਨਾਲ ਅੱਜ ਸ਼ੇਅਰ ਕਰਨ ਲਈ ਆ ਅਸੀਂ ਇਸ ਤੋਂ ਵਕਤ ਜ਼ਾਇਆ ਕੀਤੇ ਬਿਨਾਂ ਅਸੀਂ ਗੱਲ ਆ ਸ਼ੁਰੂ ਕਰਦੇ ਆ ਅਸਲਾਮੁਅਲੈਕਮ ਸਭ ਤੋਂ ਪਹਿਲੇ ਤੁਸੀਂ ਰੀਬੀ ਕਪੜਾ ਲੈਣਾ ਯਾਨੀ ਕੋਈ ਵੀ ਚੌਰਸ ਕਪੜਾ ਲੈ ਲਓ ਇਹ ਕੱਟ ਪੀਸ ਹੈ ਤੇ ਉਹਨੂੰ ਇਸ ਤਰ੍ਹਾਂ ਦੀ ਸ਼ੇਪ ਦੇਣੀ ਹੈ ਕਿ ਤਕੋਨੀ ਸ਼ੇਪ ਦੇਣੀ ਹੈ ਉਧੀਆਂ ਪਟੀਆਂ ਕੱਟ ਲੈਣੀਆਂ ਨੇ तकरीबन 1.5 ਇੰਚ ਦੀ ਪੱਟੀ ਹੋ ਜਾਏ। ਅਗਰ ਪੀਸ ਕੰਮੇ ਤੇ ਇੰਚੀ ਦੀ ਵੀ ਕਰ ਲਈਦੀ ਏ। ਹਾਂ ਉਹ ਜਿਸ ਵੇ ਬੰਦਾ ਖੁਦ ਬਣਾਉਂਦਾ ਹੈ ਨਾ ਤੇ ਫਿਰ ਉਹ ਥੋੜਾ ਬੋਤਾ ਜਿਹੜਾ ਹੈ ਨਾ ਅੱਗਾ ਪਿਛਾ ਕਰ ਲੈਂਦਾ ਹੈ। ਤੇ ਉਹਨਾਂ ਸਾਰੇ ਰੇਬੀ ਪੱਟੀਆਂ ਆਪਣੀਆਂ ਸ ਕੱਟ ਲਈਆਂ ਨੇ ਹਾਂ ਕਪੜਾ ਰੇਬੀ ਹੋਣਾ ਚਾਹੀਦਾ ਹੈ ਰੇਬੀ ਵੀ ਦੀ ਦੁਪੱਟੀ ਦੀ ਨਾ ਉਹ ਬਹੁਤ ਖੂਬ ਬਣਦੀਆਂ ਚੀਆਂ ਬਦਨ ਤੇ ਸਾਡੀਆਂ ਕੁੰਡੇ ਹੱچے ਬਨਨਦੇ ਤੇ ਹੁਣ ਮੈਂ ਗਲਾ ਕੱਟ ਕੇ ਜੋੜ ਲਈ ਆਵੇ ਤੇ ਲੇਕਿਨ ਤੁਹਾਨੂੰ ਮੈਂ ਸਾਈਜ਼ ਦੱਸਣੀ ਆ ਕਿ 3.5 ਇੰਚ ਮੈਂ ਦੀ ਚੜਾਈ ਲਈਏ ਗਲੇ ਦੀ ਤੇ 6 ਇੰਚ ਮੈਂ ਦੀ ਲੰਬਾਈ ਲਈਏ ਲੈਂਥ ਲਈਏ ਤਦ ਨੂੰ ਮੈਂ ਸਾਦੇ ਆਮ ਕਪੜੇ ਤੇ ਐਕਸਟਰਾ ਤੇ ਉਹਨੂੰ ਲਗਾ ਲਈ ਹੈ ਤੇ ਹੁਣ ਤੁਸੀਂ ਉਹਦੋਂ ਜਿਹੜੀ ਅਸੀਂ ਰੇਬੀ ਪੱਟੀ ਕੱਟੀ ਏ ਉਹਨੂੰ ਫੋਲਡ ਕਰਕੇ ਤੇ ਅੱਧਾ ਦਾ ਪੈਰ ਮਸ਼ੀਨ ਦਾ ਰੱਖ ਕੇ ਉਹਦੇ ਤੇ ਸਿਲਾਈ ਲਗਾ ਲੈਣੀ ਏ। ਅਗਰ ਤੁਸੀਂ ਥੋੜੀ ਅੱਧੇ ਪੈਰ ਤੋਂ ਜ਼ਿਆਦਾ ਲਗਾਓ ਤੇ ਉਹ ਫਿਰ ਸਾਡੇ ਜਿਹੜੇ ਕੁੰਡਾ ਇਹ ਨਾ ਤਨੀ ਉਹ ਬਹੁਤ ਮੋਟੀ ਮੋਟੀ ਬਣੇ ਦੀ। ਤੇ ਇੱਕ ਇੱਕ ਹਿਸਾਬ ਦੇ ਨਾਲ ਨਾ ਅੱਦੇ-ਅੱਦੇ ਪੈਰ ਦੇ ਹਿਸਾਬ ਨਾਲ ਨਾ ਤੁਸੀਂ ਇਹਨਾਂ ਨੂੰ ਸਿਲਾਈਆਂ ਲਗਾਣੀਆਂ ਨੇ। ਜਿਹੜੇ ਆ ਸਾਡੇ ਕੋਲ 6-7 ਪੀਸ ਖਾਇ ਨੇ ਉਹਨਾਂ ਸਾਰਿਆਂ ਨੂੰ ਅਸੀਂ ਸਿਲਾਈ ਲਗਾ ਲਾਂਦੇ ਇਸੇ ਤਰ੍ਹਾਂ ਹੀ ਉਹਨਾਂ ਸਾਰਿਆਂ ਦਾ ਦੁਪਹਿਰ ਦੇ ਹਿਸਾਬ ਨਾਲ ਸਿਲਾਈ ਲਗਾ ਕੇ ਤੇ ਅਗਰ ਵੇਖੋ ਤੁਸੀਂ ਇਹ ਗੱਲਾ ਬਣਾ ਰਹੇ ਬਣਾਣਾ ਜ਼ਰੂਰ ਇੱਕ ਦਫਾ ਟਰਾਈ ਮਾਰਨੀ ਗੱਲਾ ਬੜਾ ਹੀ ਖੂਬਸੂਰਤ ਬਨੇਦਾ ਤੇ ਅਗਰ ਤੁਹਾਡੇ ਕੋਲ ਸਹੀ ਬਨੇ ਤੇ ਫੇਰ ਮੈਨੂੰ ਕਮੈਂਟ ਵਿੱਚ ਜ਼ਰੂਰ ਦੱਸਣਾ ਹੁਣ ਤੁਸੀਂ ਮਸ਼ੀਨ ਦੀ ਸੂਈ ਲੈਣੀ ਹੈ ਆਮ ਸੂਈ ਨਹੀਂ ਲੈਣੀ ਮਸ਼ੀਨ ਦੀ ਸੂਈ ਚ ਚੋਰਾ ਤਾਂ ਗਾ ਡਾਲ ਲੈਣਾ ਦੋਰਾ ਡਾਲੋ ਦੇ ਤੇ ਯਾਨੀ ਚੋਰਾ ਹੋ ਜਾਏਗਾ ਹੁਣ ਤੁਸੀਂ ਪਹਿਲੇ ਉਹ ਜਿਹੜੀ ਹੈ ਨਾ ਉਹ ਤਾਂ ਨਹੀਂ ਉਹਦੇ ਇੱਕ ਕਿਨਾਰੇ ਤੇ ਹਲਕੀ ਜਿਹੀ ਗਿਰਾ ਲਗਾ ਲੈਣੀ ਹੈ ਯਾਨੀ ਇੱਕ ਸਾਈਡ ਲੈਣੀ ਹੈ ਦੋਨੋਂ ਸਾਈਡਾਂ ਤੋਂ ਲੈ ਕੇ ਗਿਰਾ ਨਹੀਂ ਲਗਾਨੀ ਇੱਕ ਸਾਈਡ ਤੋਂ ਗਿਰਾ ਲਗਾਨੀ ਹੈ ਤੇ ਮਸ਼ੀਨ ਦੀ ਉਲਟੀ ਸਾਈਡ ਜੋ ਹੈ ਨੀ ਹੈ ਨਾ ਉਹਨੂੰ ਵਿੱਚ ਉਹਦੇ ਵਿੱਚ ਇਸ ਤਰ੍ਹਾਂ ਜਿਹੜੀ ਸਾਡੀ ਅੱਧੇ ਪੈਰ ਦਾ ਨਿਸ਼ਾਨ ਹੈ ਲਗਾਈ ਇਸ ਅਸੀਂ ਉਹਦੇ ਵਿੱਚ ਹੁੰਦੀ ਅਸੀਂ ਸੂਈ ਲਗਾ ਲੰਗਾ ਕੇ ਤੇ ਉਹਨੂੰ ਤਣੀ ਨੂੰ ਅਸੀਂ ਸਿੱਧਿਆ ਕਰਨਾ ਹੈ। ਦਾ ਮਸ਼ੀਨ ਦੀ ਸੂਈ ਨਾਲ ਨਾ ਜਰਾ ਪਿਛਲੀ ਉਹਦੀ 사이ਡ ਮੋਟੀ ਹੁੰਦੀ ਹੈ ਨਾ ਤੇ ਬੜੀ ਸਾਨੀ ਨਾਲ ਕਰ ਲਈਦੀ ਹੈ ਤੇ ਦੂਸਰੀ ਸੂਈ ਜਿਹੜੀ ਹੈ ਨਾ ਅਕਸਰ ਹੱਥ ਤੇ ਚੁਪ ਜਾਂਦੀ ਹੈ। ਜਿਹੜੀ ਸਟਾਰਟਿੰਗ ਵਾਲਾ ਹਿੱਸਾ ਹੈ ਨਾ ਉਥੋਂ ਜੜੀ ਮੁਸ਼ਕਲ ਹੋਵੇ ਵੀ ਤੇ ਤੁਸੀਂ ਉਹਨੂੰ ਹੱਥ ਨਾਲ ਥੋੜੇ ਇੱਕ ਕਪੜੇ ਨੂੰ ਇਸ ਤਰ੍ਹਾਂ ਵੀ ਅੰਦਰ ਨੂੰ ਕਰਨਾ ਹੈ ਤੇ ਫੇਰ ਅੱਗੋਂ ਬੜੀ ਆਸਾਨੀ ਦੇ ਨਾਲ ਤੁਹਾਡੀਆਂ ਜੜੀਆਂ ਦੇ ਨਾਲ ਤੰਗੀਆਂ ਸਾਰੀਆਂ ਸਿੱਧੀਆਂ ਹੋ ਜਾਣਦੀਆਂ ਰੇਵੀ ਪੱਟੀ ਜਿਹੜੇ ਨੇ ਉਹ ਡੋਰੀ ਦੀ ਸ਼ਕਲ ਵਿੱਚ ਸਾਰੀਆਂ ਤਿਆਰ ਹੋ ਜਾਣਦੀਆਂ ਤੇ ਹੁਣ ਸਾਡੀਆਂ ਡੋਰੀਆਂ ਜਿਹੜੀਆਂ ਨੇ ਨਾ ਦੇਖੋ ਬੜੀਆਂ achੀਆਂ ਡੋਰੀਆਂ ਸਾਡੀਆਂ ਦਾ ਤਿਆਰ ਹੋ ਗਈਆਂ ਨੇ ਤੋ ਥੋੜੀ ਅਗਰ ਅੜੇ ਵੀ ਕਪੜਾ ਤੇ ਥੋੜੀ ਮੁਸ਼ਕਲ ਹੋਵੇ ਵੀ ਨਾ ਤੇ ਆਰਾਮ ਨਾਲ ਉਹਨੂੰ ਨਾ ਕਪੜਾ ਤਾਂ ਜਰਾ ਪਤਲੀ ਕਰਕੇ ਨਾ ਤੇ ਉਹਨੂੰ ਜਰਾ ਤੁਸੀਂ ਸਹੀ ਕਰ ਲੈਣਾ ਤੇ ਆ ਡੋਰੀ ਦੇਖੋ ਸਾਡੀ ਬੜੀ ਖੂਬਸੂਰਤ ਡੋਰੀ ਜਿਹੜੀ ਹੈ ਨਾ ਬਰੀਕ ਡੋਰੀ ਤਿਆਰ ਹੋ ਗਈ ਹੈ। ਹੁਣ ਤੁਸੀਂ ਜਿਹੜਾ ਅਸੀਂ ਗਲਾ ਲਗਾਏ ਆ ਸੀ ਨਾ ਕਪੜੇ ਤੇ ਉਹਨੂੰ ਅਸੀਂ ਗਲੇ ਨੂੰ ਲੈ ਕੇ ਉਹਦੇ ਤੇ ਜਿਹੜੀ ਪੇਪਰ ਪੱਟੀ ਵਾਲਾ ਅੰਦਰ ਵਾਲੀ ਸਾਈਡ ਹੈ ਨਾ ਪੇਪਰ ਪੱਟੀ ਦੀ ਉਹਦੇ ਕਿਨਾਰੇ-ਕਿਨਾਰੇ ਤੇ ਨਾ ਹਲਕੀ-ਹਲਕੀ ਅਲਕਾਲ ਕਾ ਚਾਕ ਦੇ ਨਾਲ ਨਿਸ਼ਾਨ ਲਗਾ ਲਵਾਂ ਦੇ। ਕਿ ਉਹ ਨਾ ਜ਼ਰਾ ਵਾਜ਼ਿਆ ਹੋ ਜਾਏ। ਚਾਕ ਨਾਲ ਨਿਸ਼ਾਨ ਲਗਾਉਣ ਨਾਲ ਨਾ ਉਹ જરા ਵਾਜ਼ਿਆ ਹੋ ਜਾਂਦਾ ਹੈ ਵੈਸੇ ਜਰਾ ਮੁਸ਼ਕਲ ਹੋ ਜਾਂਦੀ ਏ ਤੇ ਜਾਂ ਚਾਕ ਨਾਲ ਨਹੀਂ ਤੇ ਕਿਸੇ ਹੋਰ ਚੀਜ਼ ਨਾਲ ਵੀ ਨਿਸ਼ਾਨ ਲਗਾ ਸਕਦੇ ਹੋ ਤੇ ਹੁਣ ਤੁਸੀਂ ਤਕਰੀਬਨ ਮੈਂ 22 ਇੰਚ ਦੇ ਪੀਸ ਦੇ ਸਾਧ ਨਾਲ ਨਾਲ ਡੋਰੀ ਦੇ ਪੀਸ ਕੱਟ ਲਏ ਨੇ ਡੋਰੀ ਦੇ ਸਾਰੇ ਪੀਸ ਜਿਹੜੇ ਨੇ ਨਾ ਇਸ ਹਿਸਾਬ ਨਾਲ ਤੁਸੀਂ ਕੱਟ ਕੇ ਕੋਲੇ ਰੱਖ ਲਵੋ ਉਹਨਾਂ ਦੋ ਦੀ 20 ਸਾਰੇ ਕਟਕਤੇ ਨੇ ਤੇ ਹੁਣ ਅਸੀਂ ਕੀ ਕਰਾਂਦੇ ਅਸੀਂ ਯੂ ਐਚ ਯੂ ਲੈ ਲਵੋ ਜਾਂ ਸਟਿਕ ਗਿੱਲੂ ਲੈ ਲਵੋ ਇਆਂ ਕੋ ਇਸ ਤਰ੍ਹਾਂ ਦੀ ਚੀਜ਼ ਆ ਹਾਂ ਤੁਸੀਂ ਸਲਾਈ ਨਾਲ ਵੀ ਜੋੜ ਸਕਦੇ ਹੋ ਇਹਨਾਂ ਕੁੰਡਿਆਂ ਨੂੰ ਇੱਥੇ ਲੇਕਿਨ ਮੁਸ਼ਕਲ ਹੋ ਜਾਏ ਦੀ ਥੋੜੀ ਜੀ ਇਸ ਤਰ੍ਹਾਂ ਜ਼ਰਾ ਇਹਨਾਂ ਕੁੰਡਾ ਲਗਾਉਣਾ ਜਿਹੜਾ ਨਾ ਥੋੜਾ ਆਸਾਨ ਹੋ ਜਾਂਦਾ ਹੈ ਤੇ ਤੁਸੀਂ ਇਹ ਕੁੰਡਾ ਬਣਾਉਂਦੀ ਵਾਰੀ ਜਿਹੜਾ ਇੱਕ ਇਹਦਾ ਮੇਨ ਹੋਵੇ ਨਾ ਟੀਓ ਮੇਨ ਬਸ ਉਹਦਾ ਇਹ ਕਰਨਾ ਹੈ ਕਿ ਜਿਹੜੀ ਕੁੰਡੇ ਦੀ ਸਲਾਈ ਵਾਲੀ ਸਾਈਡ ਆ ਨਾ ਉਹ ਜੇ ਇਸ ਤਰ੍ਹਾਂ ਤੁਸੀਂ ਉਹਨੂੰ ਟਰਨ ਹੁਣ ਤੁਸੀਂ ਜਿਸ ਤਰ੍ਹਾਂ ਇਹ ਕੁੰਡਿਆਂ ਨੂੰ ਟਰਨ ਕਰਨਾ ਹੋਵੇ ਨਾ ਜਾਨੀ ਉਹਨੂੰ ਫੋਲਡ ਕਰਕੇ ਤੇ ਉਹਦੀ ਜਿਹੜੀ ਸਲਾਈ ਵਾਲੀ ਸਾਈਡ ਹੋਵੇ ਦਿਨਾਂ ਕੁੰਡਾ ਤੁਸੀਂ ਪਕੜੋ ਦੇਣਾ ਤੁਹਾਨੂੰ ਪਤਾ ਲੱਗੇਦਾ ਕਿ ਐ ਵਾਲੀ ਸਲਾਈ ਵਾਲੀ ਸਾਈਡ ਹੈ ਸਲਾਈ ਵਾਲੀ ਸਾਈਡ ਅਸੀਂ ਉੱਪਰ ਰੱਖਾਂਦੇ ਤੇ ਜਿਹੜਾ ਸਾਫ਼ ਪੀਸ ਕੁੰਡੇ ਵਾਲਾ ਉਹ ਸਲਾਈ ਤੋਂ ਬਗੈਰ ਵਾਲਾ ਉਹ ਨੀਚੇ ਵਾਲੀ ਤਰਫ ਰੱਖਾਂਦੇ ਤੇ ਐਸੇ ਤਰ੍ਹਾਂ ਹੀ ਤੁਸੀਂ ਮੈਂ ਤੇ ਵਿੱਚ ਮੋਤੀ ਲਿਆਂਦੇ ਨੇ ਗੋਲ ਤੇ ਉਸ ਹਿਸਾਬ ਨਾਲ ਮੈਂ ਥੋੜਾ ਥੋੜਾ ਕੁੰਡਾ ਉੱਪਰ ਛੋੜ ਕੇ ਬਕਾਇਆ ਨੀਚੇ ਦੀ ਤਰਫ ਕਰ ਰਹੀ ਆ ਕਿ ਉਹਨੂੰ ਸਲਾਈ ਚ ਵੀ ਅਸੀਂ ਲਿਆਣਾ ਹੈ ਤੇ ਤੁਸੀਂ ਆਪਣੇ ਉਹਦੇ ਹਿਸਾਬ ਨਾਲ ਦੇਖ ਲਿਓ ਕਿ ਮੋਤੀ ਤੁਹਾਡੇ ਕੋਲ بڑا ਹੈ ਛੋਟਾ ਹੈ ਉਹਦੀ ਸਾਈਜ਼ਿੰਗ ਜਿਹੜੀ ਹੈ ਨਾ ਤੁਸੀਂ ਇਹ ਕੁੰਡੇ ਲਗਾਂਦੀ ਦਫਾ ਉਸ ਦਫਾ ਤੁਸੀਂ ਗੌਰ ਕਰਨਾ ਹੈ ਕਿ ਕਿਸੇ ਹਿਸਾਬ ਨਾਲ ਤੁਹਾਡੇ ਕੋਲ ਲਾਣੇ ਨੇ ਨਹੀਂ ਲਗਾਣੇ بڑے ਛੋਟੇ ਅਗਰ ਮੋਤੀ ਵਗੈਰਾ ਤੁਸੀਂ ਨਹੀਂ ਲਗਾਣੇ ਤੇ ਬੜਾ ਛੋਟਾ ਕੁੰਡਾ ਕਰ ਸਕਦੇ ਹੋ ਲੰਬਾ ਵੀ ਰੱਖ ਸਕਦੇ ਹੋ ਛੋਟਾ ਵੀ ਕਰ ਸਕਦੇ ਹੋ ਸਤਨਾ ਤੁਸੀਂ ਰਾਮ ਦੇ ਨਾਲ ਨਾ ਇਜ਼ੀ ਲੱਗ ਜਾਣ ਦੇ ਜਿਹੜੇ ਤੇ ਅਸ ਤਰੀਕੇ ਨਾਲ ਮੈਂ ਦੱਸਿਆ ਐਦ ਨਾਲ ਬੜੀ ਇਜ਼ੀ ਨਾਲ ਗੱਲਾਂ ਸਾਡਾ ਕੁੰਡੇ ਸਾਰੇ ਜੁੜ ਗਏ ਨੇ ਤੇ ਬੜੀ ਇਜ਼ੀ ਤਰੀਕੇ ਨਾਲ ਜਿਹੜੇ ਇਹਨਾਂ ਬਈਆ ਉਖੜਨ ਨਹੀਂ ਲੱਗੇ ਸਾਨੂੰ ਸਲਾਈ ਲਾਉਣੇ ਚ ਸਾਨੀ ਹੋ ਜਾਏਗੀ ਹੁਣ ਅਸੀਂ ਕਿ ਕਮੀਜ਼ ਦੀ ਫਰੰਟ ਸਾਈਡ ਲੈਣੀ ਹੈ ਤੇ ਉਹਨੂੰ ਅਸੀਂ ਦਰਮਿਆਨ ਚ ਵੈਲਵਟ ਤੇ ਇਸਤਰੀ ਦੀ ਤਹਿ ਐਡੀ ਵਾਜ਼ਿਆ ਨਜ਼ਰ ਨਹੀਂ ਆਉਂਦੀ ਤੇ ਉਹਦੇ ਨਾਲ ਅਸੀਂ ਕੀ ਕਰਨਾ ਹੈ ਚਾਕ ਦੀ ਮਦਦ ਨਾਲ ਦਰਮਿਆਨ 'ਚ ਥੋੜਾ ਨਿਸ਼ਾਨ ਲਗਾ ਲੈਣਾ ਹੈ ਕਿ ਸਾਡਾ ਗਲਾ ਜਿਹੜਾ ਹੈ ਨਾ ਦਰਮਿਆਨ ਦਰਮਿਆਨ 'ਚ ਰਵੇ ਸਾਈਡ ਤੇ ਨਾ ਹੋ ਜਾਏ ਨਿਸ਼ਾਨ ਲਗਾਣੇ ਤੋਂ ਬਾਅਦ ਤੁਸੀਂ ਦਰਮਿਆਨ 'ਚ ਹਲਕਾ ਜਿਹਾ ਕੱਟ ਵੀ ਲਗਾ ਲੈਣਾ ਐ ਐਸੇ ਤਰ੍ਹਾਂ ਦਾ ਹੀ ਕੱਟ ਅਸੀਂ ਗਲੇ ਨੂੰ ਵੀ ਲਗਾਣਾ ਹੈ ਇਹ ਕਾਟਾ ਸਿੱਗਲੇ ਨੂੰ ਵੀ ਲਗਾ ਲਿਆ ਤੇ ਦੋਨਾਂ ਸਾਈਡਾਂ ਨੂੰ ਗਲੇ ਨੂੰ ਅਸੀਂ ਜੋ ਜਿਹੜੇ ਲੂਪਸ ਨੇ ਵਗਾਇਆ ਨੇ ਡੋਰੀ ਵਗੈਰੇ ਅਲ ਸਾਈਡਾਂ 'ਚ ਅੰਦਰ ਵਾਲੀ ਸਾਈਡ ਤੇ ਰੱਖ ਕੇ ਇਹਨੂੰ ਅਸੀਂ ਦਰਮਿਆਨ 'ਚ ਇਸ ਤਰ੍ਹਾਂ ਦੋਵੇਂ ਕੱਟ ਨੂੰ ਆਪਸ 'ਚ ਮਿਲਾ ਕੇ ਤੇ ਉਹਨੂੰ ਜੋੜਨਾ ਵੇ ਤੇ ਉਹਨੂੰ ਜੋੜਨ ਦਾ ਬਿਹਤਰ ਤਰੀਕਾ ਇਹ ਕਿ ਵੈਲਵਟ ਇਹ ਨਹੀਂ ਸਾਂਦੀ ਨਾਲ ਨਹੀਂ ਜੁੜਨੀ ਤੇ ਦਰਮਿਆਨ ਵਾਲੇ ਹਿੱਸੇ ਤੋਂ ਜਿੱਧਰੋਂ ਅਸੀਂ ਕਟਿੰਗ ਕਰ ਦੇਣੀ ਹੈ ਉੱਥੇ ਤੁਸੀਂ ਹਲਕਾ ਜਿਹਾ ਸਟਿਕ ਗਿੱਲੂ ਜਾਂ ਤੁਸੀਂ ਇਹ ਯੂ ਐਚ ਯੂ ਅਲਕਾਲਕਿਲ ਗਾਲ ਲਵੋਨਾ ਉਸ ਹਿੱਸੇ 'ਚ ਲਗਾਓ ਜਿੱਧਰੋਂ ਕਟਿੰਗ ਹੋਣੀ ਹੈ ਉੱਥੇ ਅਸੀਂ ਹਲਕੀ ਹਲਕੀ ਲਗਾ ਕੇ ਤੇ ਇਹਨੂੰ ਆਪਸ ਚ ਕਰ ਲਵਾਂ ਦੇ ਪ੍ਰੈਸ ਕਿ ਸਾਡਾ ਕਪੜਾ ਨਾ ਹਿੱਲਣ ਨੀ ਲਗਾ। ਗਲਾ ਸਾਈਡ ਤੇ ਅੱਗੇ ਪਿੱਛੇ ਨਹੀਂ ਹੋਣ ਲਗਾ, ਤਿਰਛਾ ਨਹੀਂ ਹੋਣ ਲਗਾ। ਹੁਣ ਅਸੀਂ ਇਹ ਪੇਪਰ ਪੱਟੀ ਦੇ ਨਾਲ ਨਾਲ ਕਿਨਾਰੇ ਕਿਨਾਰੇ ਅਸੀਂ ਸਿਲਾਈ ਲਗਾ ਲੈਣੀ ਹੈ। ਇਹਦੇ ਕਿਨਾਰੇ ਕਿਨਾਰੇ ਇਹਦਾ ਸਿਲਾਈ ਲਗਾ ਲਿਓ ਤੇ ਅਗਰ ਤੁਹਾਡਾ ਕਲਗਲਾ ਜੇ ਖੂਬਸੂਰਤ ਬਣੇ ਤੇ ਮੈਨੂੰ ਕਮੈਂਟ ਵਿੱਚ ਜ਼ਰੂਰ ਦੱਸਿਓ ਤੇ ਅਸ ਸिलाई ਵੀ ਰਾਮ ਰਾਮ ਨਾਲ ਲਗਾਓ ਇਕਦਮ ਤੇਜ਼ੀ ਨਾਲ ਉਹ ਗੁਲਾਈ ਦੀ ਸ਼ੇਪ ਠੀਕ ਨਹੀਂ ਆਂਦੀ ਉਸ ਸिलाई ਅਕਸਰ ਜਿਹੜੀ ਹੈ ਨਾ ਪੇਪਰ ਪੱਟੀ ਦੇ ਉੱਪਰ ਚਲੀ ਜਾਂਦੀ ਹੈ ਤੇ ਉਹ ਗਲੇ ਦੀ ਸ਼ੇਪ ਖਰਾਬ ਹੁੰਦੀ ਹੈ ਕੋਸ਼ਿਸ਼ ਕਰਨਾ ਕਿ ਪੇਪਰ ਪੱਟੀ ਦੇ ਨਾਲ 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 ਸिलाई ਲਗਾਣੀ ਹੈ ਪੇਪਰ ਪੱਟੀ ਤੋਂ نیچے ਪੇਪਰ ਪੱਟੀ ਦੇ ਉੱਪਰ ਵੀ ਅਸੀਂ ਸिलाई ਨਹੀਂ ਲਗਾਣੀ ਉਹਦੇ ਨਾਲ ਨਾਲ ਕਿਨਾਰੇ ਕਿਨਾਰੇ ਸਾਡੀ ਸिलाई ਲਗਣੀ ਚਾਹੀਦੀ ਹੈ ਜਰ ਤਵਨ ਪਸੰਦ ਆਵੇ ਤੇ ਸ਼ੇਅਰ ਵੀ ਕਰਿਓ ਤੇ ਮੈਨੂੰ ਦੱਸਿਓ ਵੀ ਜ਼ਰੂਰ ਕਿ ਤੁਸੀਂ ਬਣਾਇਆ ਹੋਵੇ ਤੇ ਕਿਸ ਤਰ੍ਹਾਂ ਦਾ ਬਣਿਆ ਹੋਵੇ ਅੱਛਾ ਬਣਿਆ ਤੇ ਮੈਨੂੰ ਖੁਸ਼ੀ ਹੋਏ ਦੀ ਕਿ ਮੈਂ ਆਪਣੀ ਤਰਫੋਂ ਤੇ ਕੋਸ਼ਿਸ਼ ਕੀਤੀ ਏ ਕਿ ਸਹੀ ਤਰੀਕੇ ਨਾਲ ਦੱਸਾਂ ਕਿ ਜਿਹੜਾ ਕੋਈ ਬੰਦਾ ਬਣਾਉਣੇ 'ਚ ਮੈਂ ਕੋਈ ਸਾਨੀ ਨਾਲ ਕਿਸੇ ਕੋਲ ਬਣ ਸਕੇ ਹੁਣ ਤੁਸੀਂ ਕੀ ਕਰਨਾ ਹੈ ਇਹਦਾ ਐਕਸਟਰਾ ਕਪੜਾ ਇੱਕ ਇੱਕ ਸਲਾਈ ਛੋੜ ਕੇ ਨਾ ਫਾਲਤੂ ਜਿਹੜਾ ਗੱਲੇ ਦੇ ਅੰਦਰ ਵਾਲੀ ਸਾਈਡ ਦਾ ਕਪੜਾ ਇਹੋ ਤੁਸੀਂ ਕੱਟ ਦੇਣਾ ਹੈ ਇਸ ਤਰ੍ਹਾਂ ਗਲੇ ਦੇ ਅੰਦਰ ਵਾਲੀ ਸਾਈਡ ਤੋਂ ਕਟਿੰਗ ਕਰਕੇ ਤੇ ਅਸੀਂ ਇਸ ਤਰ੍ਹਾਂ ਪੇਪਰ ਪੱਟੀ ਨੂੰ ਅੰਦਰ ਵਾਲੀ ਸਾਈਡ ਤੇ ਫੋਲਡ ਕਰਾਂਦੇ ਤੇ ਹੁਣ ਅਸੀਂ ਕਿਨਾਰੇ-ਕਿਨਾਰੇ ਅੱਥੇ ਸਿਲਾਈ ਲਗਾਣੀ ਹੈ ਚਾਹੇ ਤੁਸੀਂ ਕਿਨਾਰੇ-ਕਿਨਾਰੇ ਸਿਲਾਈ ਲਗਾ ਲਵੋ ਤੇ ਚਾਹੇ ਤੁਸੀਂ ਅਦਾ-ਅਦਾ ਪੈਰ ਛੋੜ ਕੇ ਸਿਲਾਈ ਲਗਾ ਲਵੋ ਤੇ ਚਾਹੋ ਤਾਂ ਤੁਸੀਂ ਨਾ ਵੀ ਸਿਲਾਈ ਲਗਾਓ ਵੈਸਾ ਹੀ ਕੱਚਾ ਕਰ ਲਵੋ ਜਿਆਨ ਉਤਰਪਾਈ ਕਹਿੰਦੇ ਆ ਉਹ ਉਲਟੀ ਸਾਈਡ ਤੇ ਫੋਲਡ ਕਰਕੇ ਹਲਕੀ ਇਸਤਰੀ ਲਗਾ ਕੇ ਇਸਤਰੀ ਨਾਲ ਉਹਨੂੰ ਪ੍ਰੈਸ ਕਰਕੇ ਤੇ ਤੁਸੀਂ ਉਹਨੂੰ ਕਰ ਸਕਦੇ ਹੋ ਤਰਪਾਈ ਵਗੈਰਾ ਕਰ ਸਕਦੇ ਹੋ ਲੇਕਿਨ ਇਹ ਜਿਹੜੇ ਜਿਹਨੂੰ ਅਸੀਂ ਲੂਪਸ ਵੀ ਕਹਿੰਦੇ ਆ ਤੇ ਕੁੰਡੇ ਵੀ ਕਹਿੰਦੇ ਆ ਡੋਰੀ ਵੀ ਕਹਿੰਦੇ ਆ ਇਹਨੂੰ ਅਗਰ ਅਸੀਂ ਅੱਧਾ ਦਾ ਪੈਰ ਜਾਂ ਕਿਨਾਰੇ ਤੇ ਸਿਲਾਈ ਲਗਾ ਲਵਾਂਦੇ ਤੇ ਇਹ ਜ਼ਰਾ ਮਜ਼ਬੂਤ ਹੋ ਜਾਂਦੇ ਤੇ ਇਹਨਾਂ ਦੀ ਮਜ਼ਬੂਤੀ ਲਈ ਫਿਰ ਅਸੀਂ ਮੈਂ ਤੇ ਸਿਲਾਈ ਲਗਾ ਰਹੀ ਆ ਬਾਕੀ ਤੁਸੀਂ ਜੋ ਬਿਹਤਰ ਸਮਝੋ ਉਸ ਹੱਬ ਤੇ ਤੁਸੀਂ ਇਹ ਕਰ ਸਕਦੇ ਹੋ ਕਿਨਾਰੇ ਤੇ ਲਗਾ ਲਓ ਅੱਧਾ ਪੈਰ ਛੋੜ ਕੇ ਲਗਾ ਲਵੋ ਜਾਂ ਨਾ ਲਗਾ ਲਵੋ ਵੈਸੇ ਵੀ ਪ੍ਰੈਸ ਕਰਕੇ ਤੇ ਨੋਤਰਪਾਈ ਵਗੈਰਾ ਕਰ ਲਈ ਦੀ ਹੈ ਕੱਚਾ ਕਰ ਲਈਦਾ ਐ ਡਿਜ਼ਾਈਨ ਤੁਸੀਂ ਕਮੀਜ਼ ਦੇ ਦਮਨ ਤੇ ਵੀ ਬਣਾ ਸਕਦੇ ਹੋ ਬਾਹੂ ਤੇ ਵੀ ਬਣਾ ਸਕਦੇ ਹੋ ਟਰੌਜ਼ਰ ਤੇ ਵੀ ਬਣਾ ਸਕਦੇ ਹੋ ਐਸੇ ਤਰੀਕੇ ਦੇ ਨਾਲ ਡਰਾਇਆ ਡਿਜ਼ਾਈਨ ਤੁਸੀਂ ਦੁਪੱਟੇ ਤੇ ਬਣਾ ਸਕਦੇ ਹੋ ਹਾਂ ਮਿਹਨਤ ਅਲਬ ਕੰਮ ਬਹੁਤ ਹੈ ਇੱਥੇ ਚ ਮਿਹਨਤ ਬਹੁਤ ਹੈ ਅਹੋ ਕਿਉਂ ਤੇ ਬਣੀ ਬਨਾਈ ਡੋਰੀ ਬਾਜ਼ਾਰ ਤੋਂ ਵੀ ਮਿਲ ਜਾਂਦੀ ਏ ਉਹ ਡੋਰੀ ਲਗਾ ਸਕਦੇ ਆ ਲੇਕਿਨ ਉਹ ਡੋਰੀ ਖਰਾਬ ਬਹੁਤ ਜਲਦ ਹੁੰਦੀ ਏ ਜਿਹੜੇ ਕੁੰਡੇ ਅਸੀਂ ਘਰ ਚ ਤਿਆਰ ਕਰਨੇ ਆ ਖਰਾਬ ਨਹੀਂ ਹੁੰਦੇ ਯਾ ਦੇਖੋ ਸਾਡੀ ਬੈਕ ਸਾਈਡ ਵੀ ਬੜੀ ਸਫਾਈ ਨਾਲ ਬਣੀ ਏ ਤੇ ਸਾਡਾ ਗਲਾ ਵੀ ਬੜਾ ਖੂਬਸੂਰਤ ਬਣ ਗਿਆ ਵੇ ਗਲਾਈ ਵੀ ਉਹਦੀ ਸ਼ੇਪ ਵੀ ਬਹੁਤ ਅੱਛੀ ਆਈ ਏ ਹੁਣ ਅਸੀਂ ਸੋਈ ਤਾਗੇ ਦੀ ਮਦਦ ਨਾਲ ਇਹਦੇ ਵਿੱਚ ਅਸੀਂ ਮੋਤੀ ਲਗਾਣੇ ਨੇ ਤੇ ਹੁਣ ਮੋਤੀ ਲੱਗ ਜਾਂਦੇ ਤੇ ਗਲਾ ਬੜਾ ਖੂਬਸੂਰਤ ਹੋ ਜਾਏਗਾ ਉਹਦੀ ਲੁੱਕ ਵੀ ਬੜੀ ਅੱਛੀ ਆਵੇਦੀ ਤੇ ਉਹ ਮੁੰਤੂ ਤੁਸੀਂ ਬਣਾਓ ਦੇ ਤੇ ਮੈਨੂੰ ਜ਼ਰੂਰ ਦੱਸਿਓ ਤੇ ਹਾਂ ਗਿਰਾ ਲਗਾਉਂਦੀ ਦਫਾ ਪਹਿਲੀ ਦਫਾ ਤਾਂ ਕਿ ਇਹਨੂੰ ਇਤੋਂ ਮਜ਼ਬੂਤ ਜ਼ਰੂਰ ਕਰਿਓ ਕਿ ਧਾਗਾ ਖੁੱਲ ਜਾਏ ਤੇ ਮੋਤੀ ਸਾਰੇ ਜਿਹੜੇ ਨੇ ਨਾ ਗੱਲੇ ਦੀ ਸ਼ੇਪ ਖਰਾਬ ਕਰਦੇ ਨੇ ਫਿਰ ਮੋਤੀ ਬिखर ਜਾਂਦੇ ਨੇ ਤੇ ਇਸ ਤਰ੍ਹਾਂ ਪਹਿਲੇ ਗਿਰਾ ਲਗਾ ਕੇ ਤੇ ਮੋਤੀ ਤੁਸੀਂ ਲਗਾਉਂਦੇ ਦੀ ਕੁੰਡੇ ਦੇ ਦਰਮਿਆਨ ਚ ਸੂਈ ਕਾਲਨੀ ਹੈ ਤੇ ਮੋਤੀ ਵਿਚ ਰੱਖਦੇ ਆ ਜਾਣਾ ਤੇ ਕੁੰਡਿਆਂ ਨੂੰ ਅੱਗੋਂ ਵਿੱਚ ਕੁੰਡੇ ਦੇ ਦਰਮਿਆਨ ਚ ਸਲਾਈ ਲਗਾਉਂਦੇ ਆ ਸੂਈ ਧਾਗੇ ਨਾਲ ਲਗਾਉਂਦੇ ਆ ਜਾਣਾ ਤੁਹਾਡਾ ਧਾਗਾ ਬਾਹਰ ਨਜ਼ਰ ਨਹੀਂ ਆਣਾ ਚਾਹੀਦਾ ਮੋਤੀ ਨਜ਼ਰ ਆਣਾ ਚਾਹੀਦਾ باقی اچھا باندې تمونو ضرور دسیو اچھا جی دوا باندې یاد رکيو الله دی ذات توانو وی صاحبونه خپل ایمان چ رکھے الله حافظ